मेरा नाम सर राजमोहन सिंह है। हाँ जी, की गलबात हुई है? मेरे फादर साहब सवा दो बजे घर तो बंद कर, हाँ जी सवा दो बजे घर तो गांधरा दवाई लैन आ रहे हैं, उन्होंने एक्सीडेंट हो गया। सर किस दे नाल एक्सीडेंट होया? ट्राला वजा जी, अभी सांस सुनने में आया पर अभी देखा नहीं, ट्राला खड़ा उत्थे। प्रशासन तो की मांग करते हो सर? असं प्रशासन तो यह मांग की कर रहे हैं, साडा न्याय हो, साड़ी सुनवाई हो। सरदार दीप सिंह मेरे फादर साहब जी। ਕਿਹੜਾ ਪਿੰਡ ਦੇ ਰਹਿਣ ਵਾਲੇ? ਹਾਜੀਪੁਰ ਪਿੰਡ ਜੀ ਸਾਡਾ, ਥਾਣਾ ਕਬੀਰਪੁਰ, ਤਹਿਸੀਲ ਸੁਲਤਾਨਪੁਰ ਲੋਧੀ, ਡਿਸਟ੍ਰਿਕਟ ਕਪੂਰਥਲਾ। ਹਾਂਜੀ ਸਰ, ਅੱਜ ਜਿਹੜਾ ਲੱਦੜਾ ਮੋਰੇ ਐਕਸੀਡੈਂਟ ਹੋਇਆ ਉਹਦਾ ਕੁਝ ਪਤਾ ਲੱਗਾ ਜੀ? ਹਾਂਜੀ, ਮੈਂ ਥਾਣੇ ਡਿਊਟੀ ਅਫਸਰ ਸੀ, ਮੈਨੂੰ ਟੈਲੀਫੋਨ ਆਇਆ ਵੀ ਉੱਥੇ ਐਕਸੀਡੈਂਟ ਹੋ ਗਿਆ। ਮੈਂ ਆਪਣੀ ਪੁਲਿਸ ਪਾਰਟੀ ਲੈ ਕੇ ਮੌਕੇ 'ਤੇ ਪੁੱਜਾ ਹਾਂ ਜਿੱਥੇ ਇੱਕ ਬਜ਼ੁਰਗ ਦੀ ਡੈਥ ਹੋ ਗਈ ਸੀ। ਸਰ ਐਕਸੀਡੈਂਟ ਕਿਸ ਚੀਜ਼ ਦਾ, ਕਿਸ ਚੀਜ਼ ਦੇ ਨਾਲ ਹੋਇਆ? ਇਹ ਨਾ ਨਕੋਦਰ ਸਾਈਡ ਤੋਂ ਜਾ ਰਿਹਾ ਸੀ, ਇੱਕ ਘੋੜਾ ਜਿਹਨੂੰ ਆਪਾਂ 18-18 ਕਹਿੰਦੇ ਹਾਂ, ਉਹਦਾ ਸੀ ਨੰਬਰ RJ07GD6541। ਇੱਕ ਬਜ਼ੁਰਗ ਸੀ ਮ੍ਰਿਤਕ ਜਿਹੜੇ, ਉਹ ਦੀਪ ਸਿੰਘ ਏਰੀਆ ਦੀਪਾ ਪੁੱਤਰ ਬੂਟਾ ਰਾਮ ਪਿੰਡ ਹਾਜੀਪੁਰ ਪੈਂਦਾ ਜੀ, ਕਬੀਰਪੁਰ ਥਾਣੇ 'ਚ, ਡਿਸਟ੍ਰਿਕਟ ਕਪੂਰਥਲੇ 'ਚ। ਉਹ ਇੱਥੇ ਗਾਂਧਰਾ ਇੱਕ ਡਾਕਟਰ ਸਾਹਿਬ ਨੇ ਉਹਨਾਂ ਕੋਲੋਂ ਦਵਾਈ ਲੈਣ ਆਏ ਸੀ। ਜਦੋਂ ਉਹਨਾਂ ਲੱਦਣਾ ਤੋਂ ਟੀ ਉਹ ਕ੍ਰੋਸ ਕਰਨ ਲੱਗੇ, ਇੱਧਰੋਂ ਜਿਹੜਾ ਟਰਾਲਾ ਜਾਂਦਾ ਸੀ ਉਹਨੇ ਉਹਨਾਂ ਨੂੰ ਹਿੱਟ ਕੀਤਾ। ਹਿੱਟ ਕਰਕੇ ਮੂਹਰੇ ਇੱਕ ਵੈਨ ਆ ਤੇਜਾ ਸਿੰਘ, ਉਹ ਲਾਉਂਦੇ ਜੂਸ ਦੀ ਰੇਹੜੀ, ਮਰੂਤੀ ਵੈਨ 'ਚ, ਉਹ ਜੂਸ ਦੀ ਵੈਨ ਦੇ ਵਿੱਚ ਜਾ ਕੇ ਹਿੱਟ ਕੀਤਾ ਅਤੇ ਜਿਹੜੇ ਬਜ਼ੁਰਗ ਸੀ ਇਹ ਟਰਾਲੇ ਦੇ ਅਤੇ ਉਹਦੇ ਵਿੱਚ ਆ ਗਏ। ਸਰ ਉਹਨਾਂ ਦੀ ਮੌਤ ਮੌਕੇ 'ਤੇ ਹੋ ਗਈ? ਮੌਕੇ 'ਤੇ ਹੋ ਗਈ ਜੀ। ਮੌਕੇ ਸਰ ਟਰੱਕ ਡਰਾਈਵਰ ਕਾਬੂ ਕਰ ਲਿਆ? ਟਰੱਕ ਡਰਾਈਵਰ ਨਹੀਂ ਜੀ, ਉਹ ਅੱਗੇ ਜਾ ਕੇ ਨਰਸੀ ਦੇ ਵਿੱਚ ਉਹਦਾ ਟਰੱਕ ਫਸਣ ਕਰਕੇ ਉਹ ਉਤਰ ਕੇ ਫਰਾਰ ਹੋ ਗਿਆ, ਜਿਹੜਾ ਸਾਨੂੰ ਉੱਥੇ ਚਸ਼ਮਦੀਦ ਗਵਾਹ ਨੇ ਦੱਸਿਆ। ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ ਦੇਖੋ ਜੀ, ਇਹਦਾ ਬੇਟਾ ਆ ਗਿਆ ਹਰਮੋਹਨ ਸਿੰਘ, ਉਹ ਬਜ਼ੁਰਗ ਬੂਟਾ ਸਿੰਘ ਮ੍ਰਿਤਕ ਦਾ ਬੇਟਾ ਵੀ ਆ ਗਿਆ, ਜਿਹਦਾ ਉਹ ਕੋਲਡ ਡਰਿੰਕ ਦੀ ਰੇਡ ਲਾਉਂਦਾ ਵੈਨ ਸੀ, ਉਹ ਵੀ ਤੇਜਾ ਸਿੰਘ ਸਾਡੇ ਕੋਲ ਬੈਠੇ ਆ। ਅਤੇ ਟਰੱਕ ਡਰਾਈਵਰ ਦੇ ਮਾਲਕ ਦੇ ਨਾਲ ਗੱਲ ਹੋ ਗਈ ਆ, ਵਿੱਚੋਂ ਸਾਨੂੰ ਉਹਦਾ ਫੋਨ ਨੰਬਰ ਮਿਲਿਆ ਸੀ, ਉਹਦੇ ਨਾਲ ਸਾਡੀ ਗੱਲ ਹੋਈ ਆ। ਮਾਲਕ ਹੈਗਾ ਸੀਤਾ ਰਾਮ ਲਛਮਣ ਦਾਸ ਬੀਕਾਨੇਰ ਦਾ ਆ। ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ? ਅਸੀਂ ਦੇਖੋ ਜੀ, ਇਹਨਾਂ ਦੇ ਬਿਆਨ ਲੈ ਕੇ ਫਰਦਰ ਜਿਹੜੀ ਕਾਰਵਾਈ ਕਰ ਰਹੇ ਹਾਂ। ਟਰਾਲਾ ਜਿਹੜਾ ਅਸੀਂ ਉੱਥੇ ਭੇਜਤੀ ਆ ਕਰੇਨ, ਟਰਾਲੇ ਨੂੰ ਅਸੀਂ ਥਾਣੇ ਲਿਆ ਰਹੇ ਹਾਂ। ਮ੍ਰਿਤਕ ਦੀ ਜਿਹੜੀ TVS ਸੀ ਉਹ ਅਸੀਂ ਇੱਥੇ ਡੈੱਡ ਬੋਡੀ ਉਹਦੀ ਮੋਰਚਰੀ 'ਚ ਰੱਖ ਆਏ ਹਾਂ, ਸੁਬਹਾ ਪੋਸਟਮਾਰਟਮ ਕਰਾ ਕੇ ਡੈੱਡ ਬੋਡੀ ਵਾਰਸਾਂ ਦੇ ਹਵਾਲੇ ਕੀਤੀ ਜਾਏਗੀ। ਫਰਦਰ ਇਹਨਾਂ ਦੇ ਬਿਆਨਾਂ ਤੋਂ ਜਿਹੜੀ ਨੈਕਸਟ ਕਾਰਵਾਈ ਆ ਉਹ ਅਸੀਂ ਕਰ ਰਹੇ ਹਾਂ।